ਅੰਮ੍ਰਿਤਸਰ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ 6 ਵਾਰ ਸੰਸਦ ਮੈਂਬਰ ਰਹੇ ਰਘੁਨੰਦਨ ਲਾਲ ਭਾਟੀਆ ਦਾ ਅੱਜ ਸਵੇਰੇ ਸਵਰਗਵਾਸ ਹੋ ਗਿਆ। ਰਘੁਨੰਦਨ ਲਾਲ ਭਾਟੀਆ 101 ਵਰਿਆਂ ਦੇ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਉਹ ਕੋਰੋਨਾ ਪੀੜਿਤ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸਨ। ਰਘੁਨੰਦਨ ਲਾਲ ਭਾਟੀਆ ਕਿਸੇ ਸਮੇਂ ਦੇ ਵਿੱਚ ਕਾਂਗਰਸ ਦੇ ਅੰਮ੍ਰਿਤਸਰ ਦੇ ਵਿੱਚ ਥੰਮ ਕਹੇ ਜਾਂਦੇ ਸਨ। ਉਹ ਜਿੱਥੇ ਲੋਕ ਸਭਾ ਦੇ 6 ਵਾਰ ਮੈਂਬਰ ਰਹੇ ਉੱਥੇ ਹੀ ਪੀਵੀ ਨਰਸਿਮਾ ਰਾਓ ਦੀ ਗਵਰਨਮੈਂਟ ਦੇ ਵਿੱਚ ਕੇਂਦਰ ਦੇ ਵਿਦੇਸ਼ ਰਾਜ ਮੰਤਰੀ ਵੀ ਰਹੇ। ਇਸ ਤੋਂ ਇਲਾਵਾ ਉਹ ਬਿਹਾਰ ਤੇ ਕੇਰਲਾ ਦੇ ਰਾਜਪਾਲ ਵੀ ਰਹੇ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ 1982 ਦੇ ਵਿੱਚ ਉਹ ਪ੍ਰਧਾਨ ਵੀ ਬਣੇ ਸਨ ਤੇ ਕਾਂਗਰਸ ਪਾਰਟੀ ਦੇ ਮਹੱਤਵਪੂਰਨ ਅਹੁਦਿਆਂ ਦੇ ਰਘੁਨੰਦਨ ਲਾਲ ਭਾਟੀਆ ਰਹੇ। ਪਰ 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਤੋਂ ਬਾਅਦ ਰਘੁਨੰਦਨ ਲਾਲ ਭਾਟੀਏ ਦੇ ਯੁੱਗ ਦਾ ਅੰਤ ਹੋ ਗਿਆ। ਰਘੁਨੰਦਨ ਲਾਲ ਭਾਟੀਆ ਨੂੰ ਨਵਜੋਤ ਸਿੰਘ ਸਿੱਧੂ ਨੇ ਮਾਤ ਦਿੱਤੀ ਸੀ ਤਾਂ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਦੀ ਜਿਹੜੀ ਲੋਕ ਸਭਾ ਦੀ ਸੀਟ ਤੋਂ ਕਦੀ ਵੀ ਜਿੱਤ ਨਹੀਂ ਪਾਏ ਤੇ ਉਹਨਾਂ ਦੀ ਅੰਮ੍ਰਿਤਸਰ ਦੀ ਰਾਜਨੀਤੀ ਉਹਨਾਂ ਨੇ ਛੱਡ ਦਿੱਤੀ ਤੇ ਇਸ ਤੋਂ ਬਾਅਦ ਉਹ ਗਵਰਨਰ ਬਣਾ ਕੇ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ। ਪਰ ਰਘੁਨੰਦਨ ਲਾਲ ਭਾਟੀਆ ਜਿਹੜੇ ਕਾਂਗਰਸ ਦੇ ਵਿੱਚ ਇੱਕ ਵੱਡਾ ਥੰਮ ਸੀ, ਕਾਂਗਰਸ ਦੇ ਅੰਮ੍ਰਿਤਸਰ ਦੇ ਕਈ ਅਜਿਹੇ ਲੀਡਰ ਸਨ ਜਿਹੜੇ ਰਘੁਨੰਦਨ ਲਾਲ ਭਾਟੀਆ ਦੇ ਨਾਲ ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਅੱਗੇ ਵਧੇ ਸਨ, ਜਿਹੜੇ ਅੱਜ ਵੱਖ ਵੱਖ ਉੱਚ ਅਹੁਦਿਆਂ 'ਤੇ ਨੇ। ਤਾਂ ਅੱਜ ਉਹਨਾਂ ਦੇ ਜਿਹੜੇ ਉਹਨਾਂ ਦਾ ਸਵਰਗਵਾਸ ਜਿਹੜਾ ਅੱਜ ਸਵੇਰੇ ਹੋ ਗਿਆ ਹੈ ਤੇ ਕਾਂਗਰਸ ਦੇ ਵੱਡੇ ਲੀਡਰਾਂ ਨੇ ਇਸ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ABP ਸੌਂਚਾ ਜੋਸ਼ ਜਜ਼ਬਾ ਜਨੂੰਨ।